ਦਸਹਿਰੇ ਦੇ ਦਿਨ ਰਾਵਣ ਦਾ ਪੁਤਲਾ ਕਿਉਂ ਜਲਾਇਆ ਜਾਂਦਾ ਹੈ ਇਸ ਬੰਦੇ ਤੁਸੀਂ ਵਕਫ ਵਕ ਲੋਕਾਂ ਦੇ ਰਹਿ ਜਾਣਦੇ ਹੋ ਇੱਕ ਇਦਾਂ ਦੀ ਵੀ ਗੱਲ ਵੀ ਚੱਲ ਰਹੀ ਹੈ ਕਿ ਰਾਵਣ ਆਪਣੇ ਆਪ ਦੇ ਵਿੱਚ ਬਹੁਤ ਪਹੁੰਚਿਆ ਹੋਇਆ ਇਨਸਾਨ ਸੀ ਉਹਦਾ ਆਚਰਣ ਬਹੁਤ ਵਧੀਆ ਸੀ ਕੁਝ ਜਿਹੜੇ ਰਾਵਣ ਪੱਖੀ ਲੋਕ ਨੇ ਉਹ ਇਸ ਗੱਲ ਨੂੰ ਠੀਕ ਨਹੀਂ ਮੰਨਦੇ ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਰਮੈਣ ਦੀ ਕਥਾ ਦੇ ਮੁਤਾਬਕ ਜੋ ਕਹਾਣੀ ਹੈ ਉਹ ਤੁਸੀਂ ਜਾਣਦੇ ਹੋ ਅੱਜ ਆਪਾਂ ਗੱਲ ਇਹ ਕਰਾਂਗੇ ਕਿ ਅਕਸਰ ਪੁਤਲੇ ਨੂੰ ਲੋਕੀ ਇੰਨੀ ਉਤਸੁਕਤਾ ਦੇ ਨਾਲ ਕਿਉਂ ਦੇਖਦੇ ਨੇ ਪੁਤਲਾ ਤਿਆਰ ਕੀਤਾ ਜਾਂਦਾ ਅੱਜ ਤੋਂ ਤਿਆਰੀਆਂ ਹੋ ਰਹੀਆਂ ਨੇ ਵੱਖ-ਵੱਖ ਥਾਵਾਂ ਤੇ ਹਰ ਕਸਬੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵੱਡੇ ਤੋਂ ਛੋਟੇ ਸ਼ਹਿਰਾਂ ਦੇ ਵਿੱਚ ਪੂਰੀ ਤਰ੍ਹਾਂ ਬਹੁਤ ਖੂਬਸੂਰਤ ਪੁਤਲੇ ਤਿਆਰ ਕੀਤੇ ਜਾਂਦੇ ਨੇ ਔਰ ਇਹਨਾਂ ਨੂੰ ਦੇਖਣ ਦੇ ਲਈ ਬੱਚੇ ਤੋਂ ਲੈ ਕੇ ਨੌਜਵਾਨ ਬੁੱਢੇ ਗੱਲ ਕੀ ਇੱਕ ਤਰੀਕੇ ਦਾ ਦਸਹਿਰੇ ਦਾ ਮੇਲਾ ਬਣ ਜਾਂਦਾ ਔਰ ਇਸ ਮੇਲੇ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਸੀਂ ਦੇਖਦੇ ਹਾਂ ਕਿ ਜਿਹੜੀ ਵੀ ਸਰਕਾਰ ਹੁੰਦੀ ਹੈ ਉਸ ਸਰਕਾਰ ਦੇ ਇਲਾਕੇ ਦੇ ਐਮਐਲਏ ਜਾਂ ਮੰਤਰੀ ਨੂੰ ਇਹ ਮੌਕਾ ਦਿੱਤਾ ਜਾਂਦਾ ਕਿ ਉਹ ਰਾਵਣ ਦੇ ਪੁਤਲੇ ਨੂੰ ਅੱਗ ਦੇਵੇ ਪਰੰਤੂ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਦਸਹਿਰਾ ਮਨਾਉਣ ਦੇ ਲਈ ਪੁਤਲੇ ਭਲਾਂ ਕਿਉਂ ਤਿਆਰ ਕੀਤਾ ਜਾਂਦਾ ਜਾਂ ਪੁਤਲਾ ਜਲਾਇਆ ਕਿਉਂ ਜਾਂਦਾ ਤੁਸੀਂ ਜੇਰਾ ਸੋਚੋ ਕਿ ਅਸਲ ਦੇ ਵਿੱਚ ਇਹਦਾ ਕਾਰਨ ਕੀ ਹੋ ਸਕਦਾ ਇੱਕ ਆਮ ਸਧਾਰਨ ਜਿਹਾ ਜਿਹੜਾ ਵਿਚਾਰ ਹੈ ਕਿ ਇਸ ਦਿਨ ਨੇਕੀ ਤੇ ਬਦੀ ਦੀ ਜਿਹੜੀ ਲੜਾਈ ਹੈ ਉਸ ਲੜਾਈ ਦੇ ਵਿੱਚੋਂ ਨੇਕੀ ਨੇ ਬਦੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਔਰ ਬਦੀ ਨੂੰ ਖਤਮ ਕਰਨ ਦੇ ਲਈ ਨੇਕੀ ਤੇ ਬਦੀ ਦਾ ਜਿਹੜਾ ਇੱਕ ਪ੍ਰਤੀਕ ਦੇ ਤੌਰ ਤੇ ਦੱਸਿਆ ਰਿਹਾ ਇਹ ਗੱਲ ਮੰਨ ਲੈਨੇ ਆ ਪਰੰਤੂ ਨੇਕੀ ਤੇ ਬਦੀ ਦੇ ਜਿਹੜਾ ਆਪਾਂ ਗੱਲ ਕਰੀ ਜਿੱਤ ਦਾ ਪ੍ਰਤੀਕ ਕਿਸੇ ਹੋਰ ਤਰੀਕੇ ਨਾਲ ਵੀ ਤਾਂ ਮਨਾਇਆ ਜਾ ਸਕਦਾ ਸੀ ਪੁਤਲੇ ਕਿਉਂ ਸਾੜਿਆ ਜਾਂਦਾ ਪੁਤਲਾ ਕਿਉਂ ਜਲਾਇਆ ਜਾਂਦਾ ਆਪਣਾ ਪ੍ਰਸ਼ਨ ਇਹ ਆ ਜਦੋਂ ਅਸੀਂ ਇਸ ਸੰਬੰਧ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵਿਸ਼ਵਾਸਾਂ ਦਾ ਅਧਿਨ ਅਰਦੇ ਆ ਤਾ ਇੱਕ ਗੱਲ ਸਮਝਦੇ ਵਿੱਚ ਆਉਂਦੀ ਹੈ ਕਿ ਪੁਤਲਾ ਜਲਾਉਣ ਦੀ ਪਰੰਪਰਾ ਕੱਲੀ ਇਹ ਨਹੀਂ ਕਿ ਹੁਣ ਇਹ ਫੈਸ਼ਨ ਦਾ ਰੂਪ ਧਾਰਨ ਕਰ ਗਿਆ ਪ੍ਰਾਚੀਨ ਸਮੇਂ ਚ ਆਦੀ ਮਾਨਵ ਦੇ ਸਮੇਂ ਦੇ ਵਿੱਚੋਂ ਵੀ ਲੋਕੀ ਪੁਤਲੇ ਜਲਾਉਂਦੇ ਸੀ ਸਾੜਦੇ ਸੀ ਔਰ ਇੱਕ ਵਿਸ਼ਵਾਸ ਕੀਤਾ ਜਾਂਦਾ ਸੀਗਾ ਕਿ ਜਿਹੜਾ ਜਿਸ ਦਾ ਪੁਤਲਾ ਜਲਾਇਆ ਜਾਂਦਾ ਤੇ ਜੇਕਰ ਪੁਤਲਾ ਜਲਾਉਂਗੇ ਤਾਂ ਉਨਾਂ ਹੀ ਤੁਹਾਨੂੰ ਉਹਦਾ ਲਾਭ ਹੋਏਗਾ ਜਿਸ ਬੰਦੇ ਦਾ ਪੁਤਲਾ ਸੜਾਉਂਗੇ ਜਲਾਉਂਗੇ ਤਾਂ ਭਾਵ ਜੇਕਰ ਨੇਕੀ ਤੁਸੀਂ ਲੈ ਕੇ ਆਉਣੇ ਤਾਂ ਬਦੀ ਦਾ ਪਤਲਾ ਤੁਹਾਨੂੰ ਸਾੜਨਾ ਪਏਗਾ ਜਲਾਉਣਾ ਪਏਗਾ ਇੱਕ ਤਾਂ ਫਲਸਫੀਕਲੀ ਦਾਰਸ਼ਨਿਕ ਤੌਰ ਤੇ ਨੇਕੀ ਅਤੇ ਬਦੀ ਇੱਕ ਦੂਸਰੇ ਦੇ ਉਲਟ ਨੇ ਇੱਕ ਦਾ ਜਿਹੜਾ ਅੰਤ ਹੈ ਤਾਂ ਲਾਜ਼ਮੀ ਹੈ ਕਿ ਦੂਸਰੇ ਦੇ ਲਈ ਇੱਕ ਲਾਭਦਾਇਕ ਹੋਏਗਾ ਨੇਕੀ ਬਦੀ ਦੇ ਉੱਤੇ ਜਿੱਤ ਪ੍ਰਾਂਤ ਕਰਦੀ ਹੈ ਇਹ ਇੱਕ ਮਿੱਥਾ ਸਾਡੇ ਕੋਲੇ ਇਤਿਹਾਸਿਕ ਤੌਰ ਤੇ ਇਹਦਾ ਭਾਵੇਂ ਸਾਡੇ ਕੋਲੇ ਪ੍ਰਮਾਣ ਨਹੀਂ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਈ ਵਾਰੀ ਜਿਹੜੀ ਬਦੀ ਹੈ ਉਹ ਵੀ ਨੇਕੀ ਦੇ ਉੱਤੇ ਭਾਰੂ ਹੋ ਜਾਂਦੀ ਹੈ ਪਰੰਤੂ ਅਲਟੀਮੇਟ ਜਿਹੜੀ ਬਦੀ ਦੇ ਉੱਤੇ ਜਿੱਤ ਨੇਕੀ ਦੀ ਹੁੰਦੀ ਹੈ ਆਪਾਂ ਗੱਲ ਕਰ ਰਹੇ ਸੀ ਪੁੱਤਲੇ ਦੀ ਪਰ ਪੁੱਤਲੇ ਦੇ ਬਾਰੇ ਕੀ ਗੱਲ ਹੋ ਸਕਦੀ ਹੈ ਇਸ ਸੰਬੰਧ ਵਿੱਚ ਮੈਂ ਕਿਉਂਕਿ ਧਰਮ ਦਾ ਵਿਦਿਆਰਥੀ ਹਾਂ ਧਰਮ ਦੇ ਵੱਖ-ਵੱਖ ਸਿਧਾਂਤਾਂ ਦਾ ਜਦੋਂ ਅਸੀਂ ਅਧਿਨਨ ਕਰਦੇ ਹਾਂ ਤਾਂ ਇੱਕ ਵਿਦਵਾਨ ਜਿਹੜਾ ਨੂੰ ਅਸੀਂ ਇੱਕ ਐਨਥਰੋਪੋਲੋਜਿਸਟ ਕਹਿ ਸਕਦੇ ਹਾਂ ਮਨੁੱਖ ਵਿਗਿਆਨੀ ਉਹਦਾ ਨਾਂ ਹੈਗਾ ਜੇਮਸ ਫਰੇਜ਼ਰ ਜੇਮਸ ਫਰੇਜ਼ਰ ਨੇ ਦੁਨੀਆਂ ਦੇ ਵੱਖ-ਵੱਖ ਧਰਮਾਂ ਦਾ ਇਹ ਖਾਸ ਕਰਕੇ ਕਬੀਲਿਆਂ ਦੇ ਜਿਹੜੇ ਧਾਰਮਿਕ ਵਿਸ਼ਵਾਸ ਨੇ ਜਾਂ ਉਹਨਾਂ ਦੀਆਂ ਰਸਮਾਂ ਨੇ ਉਹਨਾਂ ਦੇ ਆਧਾਰ ਤੇ ਇੱਕ ਬਹੁਤ ਵੱਡੀ ਕਿਤਾਬ ਭਾ 12 ਵੋਲੀਅਮ ਵੱਡੇ ਸਾਈਜ਼ ਦੇ 12 ਵੋਲੀਅਮ ਦੇ ਵਿੱਚ ਇੱਕ ਕਿਤਾਬ ਕੀਤੀ ਤਿਆਰ ਕੀਤੀ ਉਹਦਾ ਨਾਮ ਹੈਗਾ ਗੋਲਡਨ ਬੋਗ ਗੋਲਡਨ ਬੋਗ ਦੇ ਵਿੱਚ ਮੈਕਸ ਵੈਵਰ ਸੌਰੀ ਜੇਮਸ ਫ੍ਰੀਜ਼ਰ ਨੇ ਇਹ ਕਿਹਾ ਕਿ ਜਿਹੜਾ ম্যাਜਿਕ ਹੈ ਪ੍ਰਾਚੀਨ ਜਾਂ ਆਦੀ ਮਾਨਵ ਲੋਕਾਂ ਦੇ ਧਰਮ ਦਾ ਇੱਕ ਆਪਾਂ ਕਹਿੰਦੇ ਕਿ ਸਿੰਬਲਸ ਸੀ ਜਾਂ ম্যাਜਿਕ ਸੀਗਾ ਅਸਲੀ ਜਿਹੜਾ ਰੂਪ ਸੀਗਾ ਔਰ ਮੈਜਿਕ ਦੇ ਸਬੰਧੀ ਉਹਨੇ ਜਿਹੜੀ ਧਾਰਨਾ ਦਿੱਤੀ ਹੈ ਕਿ ਜਾਦੂ ਪਰਾਚੀਨ ਧਰਮ ਦਾ ਸਰੂਪ ਸੀ ਪਰ ਨਾਲ ਦੀ ਨਾਲ ਉਹਨੇ ਇਹ ਵੀ ਗੱਲ ਕਹੀ ਕਿ ਜਾਦੂ ਲੋਕਾਂ ਦੇ ਨਿਮਨ ਬੁੱਧੀ ਉਹਨੇ ਜਿਹੜਾ ਸ਼ਬਦ ਵਰਤਿਆ ਅਸਲ 'ਚ ਬਚਗਾਨਾ ਸੋਚ ਚਾਈਲਡਿਸ਼ ਸੋਚ ਕੇ ਲੋਕਾਂ ਦਾ ਜਿਹੜਾ ਮੈਂਟਲ ਲੈਵਲ ਬਹੁਤ ਨੀਵਾ ਸੀ ਇਸ ਕਰਕੇ ਲੋਕ ਜਾਦੂ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਔਰ ਇਸੇ ਵਿਸ਼ਵਾਸ ਦੇ ਆਧਾਰ 'ਤੇ ਉਹਨੇ ਗੱਲ ਦੱਸੀ ਕਿ ਜਾਦੂ ਨੂੰ ਵਿਗਿਆਨਕ ਤੌਰ ਤੇ ਉਹ ਦੋ ਕਾਰਨਾ ਕਰਕੇ ਮੰਨਦੇ ਸੀ ਦੋ ਆਧਾਰ ਸੀ ਜਿਹੜੇ ਉਹਦੇ ਸੈਂਟੀਫਿਕ ਬੇਸ ਜੇਮਸ ਫਰੇਜ਼ਰ ਨੇ ਲੱਭੇ ਇੱਕ ਤਾਂ ਉਹਨੇ ਇਹ ਦੱਸਿਆ ਕਿ ਲਾਫ ਸਿਮਿਲਰਿਟੀ ਮੈਜਿਕ ਦੇ ਵਿੱਚ ਲਾਫ ਸਿਮਿਲਰਿਟੀ ਸਿਮਿਲਰਿਟੀ ਕਿ ਬਰਾਬਰਤਾ ਦਾ ਇੱਕ ਸਿਧਾਂਤ ਹੈ ਕਿ ਜੇਕਰ ਤੁਸੀਂ ਕੋਈ ਕੰਮ ਕਰਨਾ ਤਾਂ ਉਹਦੇ ਬਰਾਬਰ ਦਾ ਤੁਹਾਨੂੰ ਕੰਮ ਕਰਨਾ ਪਏਗਾ ਕਿ ਬਰਾਬਰਤਾ ਦਾ ਭਾਵ ਕਿ ਪਹਿਲਾਂ ਲੋਕੀ ਪ੍ਰਾਚੀਨ ਸਮੇਂ ਦੇ ਤੋਂ ਜਿਸ ਵਿਅਕਤੀ ਦਾ ਉਹਨਾਂ ਨੇ ਨੁਕਸਾਨ ਚਾਹੁੰਦੇ ਹੁੰਦੇ ਕਿਸੇ ਵੀ ਵਿਅਕਤੀ ਦਾ ਜੇਕਰ ਉਹ ਨੁਕਸਾਨ ਕਰਨਾ ਚਾਹੁੰਦੇ ਤਾਂ ਉਹਦਾ ਪੁਤਲਾ ਬਣਾਇਆ ਜਾਂਦਾ ਔਰ ਉਸ ਪੁਤਲੇ ਦਾ ਨੁਕਸਾਨ ਕੀਤਾ ਜਾਂਦਾ ਔਰ ਇਹ ਵਿਸ਼ਵਾਸ ਕੀਤਾ ਜਾਂਦਾ ਸੀਗਾ ਕਿ ਜਿੰਨਾ ਪੁਤਲੇ ਦਾ ਨੁਕਸਾਨ ਹੋਏਗਾ ਤਾਂ ਉਹਨਾਂ ਸਬੰਧਤ ਵਿਅਕਤੀ ਦਾ ਨੁਕਸਾਨ ਹੋਏਗਾ ਜਦੋਂ ਅਸੀਂ ਇਸ ਸੰਦਰਭ ਦੇ ਵਿੱਚ ਦਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਦੀ ਗੱਲ ਕਰਦੇ ਆ ਤਾਂ ਜਿਹੜੇ ਲੋਕੀ ਰਾਵਣ ਦੇ ਪੁਤਲੇ ਨੇ ਜਲਾਉਂਦੇ ਨੇ ਤਾਂ ਉਹ ਇਹ ਵਿਸ਼ਵਾਸ ਕਰਦੇ ਨੇ ਕਿ ਜੇਕਰ ਅਸੀਂ ਬਦੀ ਨੂੰ ਜਲਾਵਾਂਗੇ ਤਾਂ ਲਾਜ਼ਮੀ ਹੈ ਨਿੱਕੀ ਫੈਲੇਗੀ ਪਰੰਤੂ ਦਸਹਿਰੇ ਵਾਲੇ ਦਿਨ ਬਦੀ ਨੂੰ ਜਲਾਉਣ ਦੇ ਲਈ ਸੋਚ ਦੇ ਪੱਧਰ ਤੇ ਆਪਣੇ ਕਰਤਾਰ ਦੇ ਵਿੱਚ ਕੋਈ ਝਾਤੀ ਸ਼ਾਇਰ ਦੀ ਮਾਰਦਾ ਹੋਵੇ ਕਿ ਮੇਰੇ ਅੰਦਰ ਕਿੰਨੀ ਕਿ ਵਦੀ ਹੈ ਤੇ ਮੈਂ ਬਦੀ ਦਾ ਕਿਸ ਤਰ੍ਹਾਂ ਖਤਮਾ ਕਰ ਸਕਦਾ। ਆਮ ਤੌਰ ਤੇ ਇਸ ਸਮੇਂ ਭਾਸ਼ਣ ਵੀ ਹੁੰਦੇ ਨੇ, ਰਾਮਲੀਲਾ ਦੀ ਸਮਾਪਤੀ ਹੈ। ਰਾਮਲੀਲਾ ਦੀਆਂ ਜਿਹੜੀਆਂ ਟੀਮਾਂ ਨੇ ਉਹ ਆਪਣੇ ਨਾਟਕੀ ਜਿਹੜੇ ਹੈਗੇ ਦ੍ਰਿਸ਼ ਉਹ ਵੀ ਪੇਸ਼ ਕਰਦੀਆਂ ਨੇ ਔਰ ਕੱਠ ਵੀ ਕਾਫੀ ਹੁੰਦਾ। ਕੱਠ ਕੇਵਲ ਪੁਤਲੇ ਤੱਕ ਸੀਮਿਤ ਹੋ ਜਾਂਦਾ ਔਰ ਪੁਤਲਾ ਕੱਲਾ ਬਖਾਵੇ ਦੇ ਤੌਰ ਤੇ ਕੱਲਾ ਇੱਕ ਮੇਲੇ ਦੇ ਤੌਰ ਤੇ ਇਹ ਇੱਕ ਤਿਹਾਰ ਇਸ ਤਰੀਕੇ ਦੇ ਨਾਲ ਮਨਾ ਲਿਆ ਜਾਂਦਾ ਔਰ ਲੋਕੀ ਜਦੋਂ ਇੱਕ ਵਾਰੀ ਰਾਵਣ ਦੇ ਪੁਤਲੇ ਨੂੰ ਅੱਗ ਲੱਗ ਜਾਂਦੀ ਹੈ ਤਾਂ ਪਟਾਕੇ ਵੱਜਦੇ ਨੇ ਔਰ ਪਟਾਕਿਆਂ ਦੇ ਸ਼ੋਰ ਦੇ ਵਿੱਚ ਲੋਕ ਉਸ ਜਗ੍ਹਾ ਤੋਂ ਪਾਸੇ ਹਟਣਾ ਸ਼ੁਰੂ ਹੋ ਜਾਂਦੇ ਨੇ ਔਰ ਜੋ ਕੁਝ ਵੀ ਬੱਚੇ ਖੜਾਉਣੇ ਲੈ ਕੇ ਜਾਂ ਖਾ ਪੀ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਫਿਰੰਤੂ ਜਿਹੜੀ ਨੇਕੀ ਤੇ ਬਦੀ ਦੀ ਗੱਲ ਹੈ ਕਿ ਬਦੀ ਨੂੰ ਅਸੀਂ ਕਿਵੇਂ ਖਤਮ ਕਰਨਾ ਹੈ ਇਦੇ ਵਾਰੇ ਬਹੁਤ ਘੱਟ ਵਿਚਾਰ ਹੁੰਦੀ ਆ ਤੇ ਕੁੱਲ ਮਿਲਾ ਕੇ ਜਿਹੜਾ ਪੁਤਲਾ ਸਾੜਨ ਦਾ ਜਿਹੜਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਇਹਦਾ ਕਾਰਨ ਤਾਂ ਇਹ ਹੀ ਆ ਕਿ ਪੁਰਾਣੇ ਲੋਕਾਂ ਦੇ ਜਿਹੜੇ ਧਾਰਮਿਕ ਵਿਸ਼ਵਾਸ ਸੀਗੇ ਜਾਂ ਆਪਾਂ ਕਹੀਏ ਕਿ ਮੈਜਿਕ ਦੇ ਵਿੱਚ ਜਾਦੂ ਦੇ ਵਿੱਚ ਜੇ ਉਹਨਾਂ ਦਾ ਵਿਸ਼ਵਾਸ ਸੀ ਉਸੇ ਨੂੰ ਇੱਕ ਪਰੰਪਰਾ ਜਦੋਂ ਵਿਸ਼ਵਾਸ ਨੇ ਉਹ ਲਗਾਤਾਰ ਚਲਦੇ ਰਹਿੰਦੇ ਨੇ ਪੀੜੀ ਦਾਰ ਪੀੜੀ ਇੱਕ ਪਰੰਪਰਾ ਸ਼ੁਰੂ ਹੋ ਗਈ ਕਿ ਰਾਵਣ ਦਾ ਪੁਤਲਾ ਜਲਾਉਣਾ ਔਰ ਰਾਵਣ ਦਾ ਪੁਤਲਾ ਹਰ ਸਾਲ ਜਲਾਇਆ ਜਾਂਦਾ ਇਤੋਂ ਦਾ ਕਿ ਵੱਡੇ ਵੱਡੇ ਜਿਹੜੇ ਰਾਵਣ ਦੇ ਪੁਤਲੇ ਪੁਰਾਣੇ ਸਮੇਂ ਦੇ ਵਿੱਚ ਟੈਕਨੋਲੋਜੀ ਉਨੀ ਹੈ ਨਹੀਂ ਸੀ ਤਕਨੀਕ ਨਹੀਂ ਸੀ ਹੁਣ ਕਿਉਂਕਿ ਤਕਨੀਕ ਆ ਗਈ ਤੇ ਪੁਤਲੇ ਵੀ ਬਹੁਤ ਵੱਡੇ ਆਕਾਰ ਦੇ ਬਣਾਏ ਜਾਂਦੇ ਨੇ ਪਾਪ ਕੇ ਜਿਹੜੀ ਬਦੀ ਦਾ ਪੁੱਤਲਾ ਬਦੀ ਦੇ ਪ੍ਰਤੀਕ ਦਾ ਪੁੱਤਲਾ ਸਾਈ ਦੇ ਵਿੱਚ ਬਹੁਤ ਵੱਡਾ ਹੋ ਰਿਹਾ ਤੇ ਇਹ ਅਸੀਂ ਦੇਖਦੇ ਹਾਂ ਕਿ ਆਧੁਨਿਕ ਯੁੱਗ ਦੇ ਵਿੱਚ ਬਦੀ ਵੀ ਦਿਨੋਂ ਦਿਨ ਵੱਧ ਰਹੀ ਹੈ ਫੈਲ ਰਹੀ ਹੈ ਇਸੇ ਕਰਕੇ ਪੁੱਤਲੇ ਵੀ ਓਨੇ ਵੱਡੇ ਹੋਣਾ ਸ਼ੁਰੂ ਹੋ ਗਏ ਜਿੰਨੀ ਵੱਡੀ ਬਦੀ ਨੂੰ ਜਲਾਇਆ ਜਾਂਦਾ ਓਨੀ ਵੱਡੀ ਬਦੀ ਸਾਡੇ ਸਮਾਜ ਦੇ ਵਿੱਚੋਂ ਸਾਡੇ ਜੀਵਨ ਦੇ ਵਿੱਚੋਂ ਖਤਮ ਨਹੀਂ ਹੁੰਦੀ ਇਸ ਗੱਲ ਦਾ ਜਿਹੜਾ ਉੱਤਰ ਵੀ ਤਾਂ ਜੇਮਸ ਫਰੇਜ਼ਰ ਨੇ ਦਿੱਤਾ ਹੈ ਕਿਉਂਕਿ ਇੱਕ ਚਾਈਲਡ ਚਾਈਲਡਿਸ ਸੋਚ ਦੇ ਵਿੱਚੋਂ ਗੱਲ ਨਿਕਲੀ ਹੋਈ ਸੀ ਬੇਜਗਾਨਾ ਜਾਂ ਨਿਮਨ ਬੁੱਧੀ ਦੇ ਵਿੱਚੋਂ ਇਹ ਇੱਕ ਵਿਸ਼ਵਾਸ ਲੋਕਾਂ ਦੇ ਮਨਾਂ ਦੇ ਵਿੱਚ ਸੀ ਔਰ ਉਹ ਵਿਸ਼ਵਾਸ ਜਿਉਂਦੀ ਤੋਂ ਕਾਇਮ ਹੈ ਔਰ ਅਖੀਰ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਉਹ ਆਪਣੇ ਅੰਦਰੋਂ ਆਪਣੇ ਸਮਾਜ ਦੇ ਵਿੱਚੋਂ ਬਦੀ ਨੂੰ ਖਤਮ ਕਰਨਗੇ ਔਰ ਬਦੀ ਨੂੰ ਖਤਮ ਕਰਨ ਦਾ ਪ੍ਰਣ ਕਰਦੇ ਨੇ ਉਹਨਾਂ ਲੋਕਾਂ ਨੂੰ ਮੈਂ ਦਸਹਰੇ ਦੀ ਅੱਜ ਇਸ ਇਸ਼ਤਿਹਾਰ ਦੇ ਉੱਤੇ ਮੁਬਾਰਕਬਾਦ ਦਿੰਦੇ ਹੋਏ ਇਹ ਅਮੀਰ ਕਰਦੇ ਆ ਕਿ ਸਾਡੇ ਸਮਾਜ ਦੇ ਵਿੱਚੋਂ ਜਿਹੜੀ ਬਦੀ ਦਿਨੋਂ ਦਿਨ ਵੱਧ ਰਹੀ ਹੈ ਜਿਹੜੇ ਬਦੀ ਦੇ ਪੁਤਲੇ ਵੱਡੇ ਵੱਡੇ ਹੋ ਰਹੇ ਨੇ ਕਾਸ਼ ਇਹ ਪੁਤਲੇ ਛੋਟੇ ਹੋ ਜਾਣ ਸਾਡੇ ਸਮਾਜ ਦੇ ਵਿੱਚੋਂ ਬਦੀ ਖਤਮ ਹੋਵੇ ਨੇਕੀ ਹੋਵੇ ਲੋਕੀ ਆਪਣਾ ਜੀਵਨ ਕਿਉਂਕਿ ਜੀਵਨ ਅਸੀਂ ਬਹੁਤ ਛੋਟੇ ਸਮੇਂ ਦੇ ਲਈ ਇਨਸਾਨ ਇਸ ਸਮਾਜ ਦੇ ਵਿੱਚ ਆਉਂਦਾ ਔਰ ਇਹ ਸਮਾਜ ਲੋਕਾਂ ਦੇ ਲਈ ਸਵਰਗ ਬਣੇ ਇਹਦੇ ਵਿੱਚੋਂ ਬਦੀ ਦਾ ਖਾਤਮਾ ਹੋਵੇ ਇਹੇ ਉਮੀਦ ਕਰਦੇ ਆਂ ਅਗਲੇ ਸਾਲ ਫੇਰ ਆਪਾਂ ਰਾਵਣ ਦੇ ਪੁਤਲੇ ਦੇ ਮੌਕੇ ਆਪਣੇ ਆਪ ਨੂੰ ਵਿਚਾਰ ਕਰਾਂਗੇ ਕਿ ਇੱਕ ਸਾਲ ਦੇ ਵਿੱਚ ਅਸੀਂ ਕਿੰਨਾ ਕੁ ਬਦੀ ਦਾ ਅੰਤ ਕੀਤਾ ਅੱਜ ਦੀ ਵਾਰਤਾ ਇੰਨਾ ਹੀ ਅੱਗੇ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਜੇਕਰ ਤੁਸੀਂ ਇਹ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੁਸੀਂ ਗੱਲ ਸੁਣੀ ਤੁਹਾਡਾ ਸਭ ਦਾ ਧੰਨਵਾਦ